ਸਤਿਗੁਰ ਜੀ ਸਾਰਿਆਂ ਨੂੰ ਸੋਨ ਡ ਤੁਸੀਂ ਕੁਲਵੀਰ ਸਿੰਘ ਦੇ ਨਾਲ ਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਖਬਰਾਂ ਦੇ ਵਿੱਚ ਸਵਾਗਤ ਹੈ 11976 ਨਵੇਂ ਕੇਸ 113 ਮਰੀਜ਼ਾਂ ਦੀ ਮੌਤ 52000 ਮਰੀਜ਼ ਠੀਕ ਤਾਸੋ ਦੀ ਪੋਜ਼ਿਟਿਵਿਟੀ ਤਾਸੋ ਦੀ ਪੋਜ਼ਿਟਿਵਿਟੀ ਅੱਜ 15.84 ਸੀ ਤੇ ਟੈਸਟ ਵੀ ਜਿਹੜੇ ਆ ਸਿਰਫ 75000 ਹੀ ਕੀਤੇ ਗਏ 75602 ਜਿਹੜਾ ਟੈਸਟ ਕੀਤਾ ਗਿਆ ਜਿੰਨ ਦੇ ਦਿਨ ਜਿਹੜੇ ਟੈਸਟ ਜ਼ਿਆਦਾ ਕੀਤੇ ਜਾਂਦੇ ਉਸ ਦਿਨ ਜ਼ਿਆਦਾ ਕੇਸ ਆ ਜਾਂਦੇ ਜਦੋਂ ਕੱਟ ਕੀਤੇ ਜਾਂਦੇ ਕਾਟਾਂ ਦੇ ਸਭ ਤੋਂ ਵੱਧ ਮਿਲਿਆ ਦੇ ਵਿੱਚ 1494 ਲਾਸੀਓ 1334 ਲੋਮਬਰ ਦੀ ਹੈ 1169 ਵੇਨੇ ਤੋਂ 1031063 ਅਤੇ ਕੰਪਨੀਆਂ ਦੇ ਵਿੱਚ 1055 ਜਿਹੜਾ ਨਵਾਂ ਕੇਸ ਰਜਿਸਟਰ ਹੋਇਆ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਹੈ ਜੇਕਰ ਤੁਸੀਂ ਇਟਾਲੀਅਨ ਸਿੱਖਣਾ ਚਾਹੁੰਦੇ ਹੋ ਤੇ ਅਗਸਤ ਦੇ ਮਹੀਨੇ ਦਾ ਜਿਹੜਾ ਬੈਜ ਸ਼ੁਰੂ ਹੋਣ ਜਾ ਰਿਹਾ ਉਸ ਦਾ ਹਿੱਸਾ ਤੁਸੀਂ ਬਣ ਸਕਦੇ ਹੋ 353 322 1908 ਟੈਲੀਫੋਨ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉਧਰ ਹੀ ਜੇਕਰ ਤੁਸੀਂ ਲਾਇਸੈਂਸ ਕਰਨਾ ਚਾਹੁੰਦੇ ਹੋ A B C D ਜਾਂ ਫਿਰ ਚੀਕੂ ਚੀ ਜਿਹੜੇ ਮੈਰਚੇਪਰ ਸੋਨੇ ਕਰਨਾ ਚਾਹੁੰਦੇ ਹੋ 353 326 23 35 ਤੇ ਕੰਟੈਕਟ ਕਰ ਸਕਦੇ ਹੋ ਪਤਨ ਤੇ 20 ਦੀਆਂ ਜਿਹੜੀਆਂ ਕਲਾਸਾਂ ਨੇ ਇਹਨਾਂ ਦੀ ਜਿਹੜੀ ਲਾਈਵ ਰਿਕਾਰਡਿੰਗ ਹਰ ਰੋਜ਼ ਤੁਹਾਡੇ ਮੋਬਾਈਲ ਦੇ ਉੱਤੇ ਪਹੁੰਚ ਜੜੀਆਂ ਜੇਕਰ ਤੁਸੀਂ ਪਤਨ ਤੇ 20 ਕਰਨਾ ਚਾਹੁੰਦੇ ਹੋ ਸੀ ਅਤੇ ਚੀਕੂ ਚੀ ਦੀ ਜਿਹੜੀ ਆ ਕਲਾਸ ਲਾਈਵ ਲੱਗਦੀ ਆ ਵਾਦਿਆ ਜੀ ਆਪਣੇ ਸਭ ਤੋਂ ਪਹਿਲੇ ਅਪਡੇਟ ਦੇ ਬਾਅਦ ਸਭ ਤੋਂ ਪਹਿਲਾ ਅਪਡੇਟ ਆ ਰਿਹਾ ਜੀ ਕੱਲ ਤੇ ਨਹੀਂ ਸੈਤਾ ਦੇ ਵਿੱਚ ਇੰਨਾ ਮੀ ਪਿਆ ਉਹਨੂੰ ਦੱਸਿਆ ਜਾ ਰਿਹਾ ਕਿ ਜਿਹੜਾ ਬੱਦਲ ਫਟ ਗਿਆ ਇਸ ਨੂੰ ਬੱਦਲ ਫਟਣ ਦੇ ਨਾਲ ਕੰਪੇਅਰ ਕੀਤਾ ਜਾ ਰਿਹਾ ਜੀ ਕਲਤਨੀ ਸਹਿਤਾ ਤੇ ਸੰ ਕਤਾਲ ਤੋਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਕਰੀਬਨ ਜਿਹੜੇ ਫਾਰ ਬ੍ਰਿਗੇਡ ਵਾਲੇ 60 ਜਗਾਵਾਂ ਤੇ ਪਹੁੰਚੇ ਸੜਕਾਂ ਦੇ ਉੱਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਜਿਹੜਾ ਪਾਣੀ ਆ ਜਿਹੜਾ ਪਾਣੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿੱਦਾਂ ਕੋਈ ਸੜਕ ਦੇ ਉੱਤੇ ਨਹਿਰ ਵਹਿ ਰਹੀ ਹੁੰਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਬਹੁਤ ਜਿਹੜੇ ਦਰਾਘਾ ਟੁੱਟ ਗਏ ਬਹੁਤ ਹੀ ਜ਼ਿਆਦਾ ਨੁਕਸਾਨ ਕਲਤਨੀ ਸਹਿਤਾ ਦੇ ਵਿੱਚ ਹੋਇਆ ਜੀ ਤੇ ਜੋ ਘਟਨਾ ਵਾਪਰੀ ਹੈ ਸਾਰੀ 7 ਅਗਸਤ ਨੂੰ ਵਾਪਰੀ ਹੈ ਜਿਸ ਦੇ ਵਿੱਚ ਕਾਫੀ ਫਿਲਹਾਲ ਇਸ ਟਾਈਮ ਵੀ ਦੱਸਿਆ ਜਾ ਰਿਹਾ ਵੀ ਕਿਸੇ ਵੀ ਕਿਸੇ ਵੀ ਬੰਦੇ ਦੀ ਜਿਹੜਾ ਜਾਨ ਦਾ ਨੁਕਸਾਨ ਨਹੀਂ ਹੋਇਆ ਚਲੋ ਮਾਲ ਦਾ ਨੁਕਸਾਨ ਤਾਂ ਬਹੁਤ ਹੋਇਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਟਲੀ ਦੇ ਵਿੱਚ ਨਵੇਂ ਜਿਹੜੇ ਸ਼ੁਰੂ ਹੋਣ ਜਾ ਰਹੀ ਹੈ ਨਵੇਂ ਆਪਣੇ ਸ਼ੁਰੂ ਹੋਣੇ ਕੀ ਹੋਣੀ ਹੈ VOTING ਸ਼ੁਰੂ ਹੋਣੀ ਹੈ ਇਟਲੀ ਦੇ ਵਿੱਚ ਵੋਟਾਂ ਪੈਣੀਆਂ ਤੇ ਹਰ ਪਾਰਟੀ ਆਪਣਾ ਜਿਹੜਾ ਮੁੱਦਾ ਬਾਹਰ ਰੱਖ ਰਹੀ ਹੈ ਕੋਈ ਪਾਰਟੀ ਕਹਿ ਰਹੀ ਹੈ ਜੀ ਕਿ ਜਿਹੜੇ 18 ਸਾਲ ਦੇ ਹੋ ਜਾਂਦੇ ਨੇ ਉਹਨਾਂ ਨੂੰ ਬੋਨਸ 10000 ਰੋ ਰੋ ਦੇਣਾ ਚਾਹੀਦਾ ਕੋਈ ਕਹਿੰਦਾ ਜਿੰਨੇ ਵੀ ਲੋਕ ਕੰਮ ਕਰ ਰਹੇ ਨੇ ਡਿਪੈਂਡੈਂਟ ਉਹਨਾਂ ਦਾ ਜਿਹੜਾ ਫਲੈਟ ਟੈਕਸ 23% ਹੋਣਾ ਚਾਹੀਦਾ ਉਧਰ ਜੇਕਰ ਸਲਵਿਨੀ ਦੀ ਗੱਲ ਕਰਦੇ ਤਾਂ ਮੱਤੇਓ ਸਲਵਿਨੀ ਜੋ ਕਿ ਲੇਗਾ ਪਾਰਟੀ ਦੇ ਪ੍ਰਧਾਨ ਨੇ ਜੋ ਪਹਿਲਾਂ ਰਹਿ ਚੁੱਕੇ ਨੇ ਇਹ 2017 ਦੇ ਵਿੱਚ ਵੀ ਇਟਲੀ ਦੇ ਮੰਤਰੀ ਦੇ ਵਿੱਚ ਸੀਗੇ ਗ੍ਰਹਿ ਮੰਤਰੀ ਦੇ ਇਹ ਕਹਿ ਰਹੇ ਨੇ ਕਿ ਮੈਂ ਜਿਹੜਾ ਇਮੀਗ੍ਰੇਸ਼ਨ ਆ ਇਟਲੀ ਦੇ ਵਿੱਚ ਉਸ ਨੂੰ ਕੰਟਰੋਲ ਕਰਨਾ ਜਿਸ ਨੇ ਜਿਹੜਾ ਇਟਲੀ ਦੇ ਵਿੱਚ ਬਹੁਤ ਗਾਹ ਖਾਨਾ ਪਿਆ ਇਟਲੀ ਦੇ ਵਿੱਚ ਇਮੀਗ੍ਰੇਸ਼ਨ ਹਰ ਰੋਜ਼ ਲੋਕੀ ਖੇਤਾਂ ਆਪਣੇ ਸਮੁੰਦਰ ਰਾਸਤੀ ਆ ਜਾਂਦੇ ਆ ਤੇ ਇਹ ਉਸ ਨੂੰ ਮੈਂ ਕੰਟਰੋਲ ਕਰੂੰਗਾ 2017-18 ਦੇ ਵਿੱਚ ਇਸ ਨੇ ਕਾਫੀ ਹੱਦ ਤੱਕ ਅਲਿੜਾ ਇਸ ਨੂੰ ਘਟਾ ਵੀ ਦਿੱਤਾ ਹੈ ਚੀਤਾ ਦੀ ਨਾਨਸਾ ਦੇ ਉੱਤੇ ਜਿੰਨੇ ਵੀ ਨਵੇਂ ਪਵਾੜੇ ਪਾਏ ਆ ਇਹ ਸਾਰੇ ਇਹਨੇ ਹੀ ਪਾਏ ਸੀਗੇ ਨਹੀਂ ਤਾਂ ਪਹਿਲਾਂ 2-2 ਸਾਲਾਂ ਦੇ ਵਿੱਚ ਬੰਦੇ ਨੂੰ ਮਿਲ ਜਾਂਦੀ ਸੀ ਆਪਣਾ ਵਕੀਲ ਕਰਕੇ ਹੁਣ 4 ਸਾਲ ਇਹ ਨਹੀਂ ਕਰਵਾਏ ਸਗੇ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਰਿਮਿਨੀ ਦੇ ਵਿੱਚ ਇੱਕ ਹੋਟਲ ਨੇ 500 ਬੰਦਿਆਂ ਦੇ ਨਾਲ ਕੀਤਾ ਧੋਖਾ ਜਿਹੜਾ ਧੋਖਾ ਕੀਤਾ ਗਿਆ ਜੀ ਦੱਸਿਆ ਜਾ ਰਿਹਾ ਹੈ ਕਿ ਹੋਟਲ ਸਗਾ 2 ਸਟਾਰ ਹੋਟਲ ਸੀ ਮਾਰੇ ਵੈਲਿਊ ਦੇ ਵਿੱਚ ਸਗਾ ਪੂਰਾ ਫੁੱਲ ਸਗਾ 40 ਉਹਦੇ ਟੋਟਲ ਕਮਰੇ ਨੇ 40 ਅਸੀਂ ਕਹਿ ਸਕਦੇ ਆਂ ਕਿ 40 ਬੰਦੇ ਰਹਿ ਸਕਦੇ ਆ ਪਰ 500 ਬੰਦਿਆਂ ਦੇ ਲਈ ਬੁਕਿੰਗ ਕੀਤੀ ਸੀ ਜਦੋਂ ਬੰਦੇ ਆਂਦੇ ਸੀ ਉਹ ਕਹਿੰਦੇ ਸਾਡੇ ਕੋਲ ਫੋਲੋ ਸਾਡੇ ਕੋਲ ਜਗ੍ਹਾ ਹੈ ਨਹੀਂਗੀ ਇਹਨਾਂ ਦੇ ਸਿਰ ਜਿਹੜਾ ਕੇਸ ਕੀਤਾ ਗਿਆ ਤੇ 6 ਅਗਸਤ ਨੂੰ ਦੱਸਿਆ ਪੇ ਬੰਦਿਆਂ ਨੇ 400 ਰੁਪਏ ਦਿੱਤੇ ਆ ਐਕਸਟਰਾ ਦੇਣ ਦੇ ਲਈ ਕਿ ਸਾਨੂੰ ਸੌਣ ਦੇ ਦੋ ਹੁਣ ਅਸੀਂ ਅੱਧੀ ਰਾਤ ਨੂੰ ਕਿੱਥੇ ਜਾਈਂ ਜ਼ਿਆਦਾਤਰ ਜਿਹੜਾ ਟੂਰਿਸਟਾਂ ਨੂੰ ਘੇੜਦੇ ਸਨ ਬੁੱਕ ਕਰ ਲੈਂਦੇ ਸੀ ਬਾਅਦ ਚ ਉਹ ਕਹਿੰਦੇ ਸਾਡੇ ਕੋਲ ਜਗ੍ਹਾ ਹੈ ਨਹੀਂ ਜਦੋਂ ਉੱਥੇ ਪਹੁੰਚਦੇ ਸੀ ਕਹਿੰਦੇ ਸੀ ਚਲੋ ਇੱਕ ਕਮਰਾ ਹੈਗਾ ਜਿਹੜਾ ਪੈਸੇ ਜ਼ਿਆਦਾ ਦਿੰਦਾ ਸੀ ਉਸ ਨੂੰ ਫਿਰ ਕੀ ਕਰਦੇ ਸੀ ਉਸ ਨੂੰ ਫਿਰ ਪੈਸੇ ਜ਼ਿਆਦਾ ਲੈਂਦੇ ਸੀ ਹੁਣ ਇਹਨਾਂ ਦੇ ਸਿਰ ਕੇਸ ਚੱਲੇ ਨੇ ਇਹਨਾਂ ਨੂੰ ਜੁਰਮਾਨੇ ਵੀ ਹੋਣੇ ਕਿਉਂਕਿ ਇਹਨਾਂ ਨੇ 400 ਤੋਂ ਲੈ ਕੇ 1400 ਏਰੋ ਤੱਕ ਬੰਦਿਆਂ ਨੂੰ ਲਾਇਆ ਰਾਤ ਨੂੰ ਰਹਿਣ ਦੇ ਇੱਕ ਹੋਰ ਖੁਸ਼ੀ ਦੀ ਰਾਹਤ ਦੀ ਖਬਰ ਦੇਖਣ ਨੂੰ ਮਿਲ ਰਹੀ ਹੈ ਉਹ ਇਹ ਹੈ ਇਟਲੀ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਦੇ ਜਿਹੜੇ ਰੇਟ ਆ ਡਿਗਣ ਲੱਗ ਗਏ ਨੇ ਘਟਣ ਲੱਗ ਗਏ ਆ ਜੀ ਜੇਸੀ ਸੈਲਫ ਦੀ ਗੱਲ ਕਰੀਏ ਤਾਂ 183 ਤੱਕ ਜਿਹੜਾ ਰੇਟ ਦੇਖਣ ਨੂੰ ਮਿਲਿਆ ਚਲੋ ਸਾਡੇ ਇੱਥੇ ਕਾਰਮੋਨ ਦੇ ਏਰੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ 1 78 ਤੱਕ ਵੀ ਅਸੀਂ ਦੇਖਿਆ ਤੁਹਾਡੇ ਵੱਲ ਜਿਹੜਾ ਸਭ ਤੋਂ ਘੱਟ ਰੇਟ ਕਿੰਨਾ ਸੀਗਾ ਪਰ ਜੇ ਅਸੀਂ ਗੱਲ ਇਹ ਕਰਦੇ ਹਾਂ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਡਿਪੈਂਡ ਕਰ ਰਿਹਾ ਜੀ ਕਿਹੜੀ ਕੰਪਨੀ ਆ ਕਿ ਕਯੂ ਵਾਟ ਵਾਲੀ ਆ ਤਾਂ ਮੋਬਾਈਲ ਵਾਲੀ ਆ ਐਲਪੀ ਵਾਲੀ ਆ ਆਈਪੀ ਵਾਲੀ ਆ ਇਹ ਜਾਰੀਆਂ ਕੰਪਨੀਆਂ ਜਿਹੜਾ ਇਹਨਾਂ ਦਾ ਹਿਸਾਬ ਤਾਂ ਨਾਲ ਤੇਲ ਡਿਗ ਰਿਹਾ ਪਰ ਚੱਕਰ ਇਹ ਵੀ ਆ ਜੀ ਜੇਕਰ ਡਬਲਯੂਟੀਆਈ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਨੇ ਵੀ ਕਾਫੀ ਹੱਦ ਤੱਕ ਰੋਕ ਲਾਈ ਆ ਜਿਹੜਾ ਰੇਟ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪਟਰਾਇਸ ਜਿਹੜਾ ਤਾਂ ਘਟ ਰਿਹਾ ਉਸ ਤੋਂ ਬਾਅਦ ਇਸ ਟਾਈਮ ਇਟਲੀ ਦੇ ਵਿੱਚ ਜਿਹੜੀ ਸੁਪਰ ਇਨਾਲੋਤੋ ਆ ਜਿਹੜਾ ਅਸੀਂ ਕਹਿੰਦੇ ਆ ਕਿ ਲਾਟਰੀ ਚੱਲ ਰਹੀ ਹੈ ਉਹਦੇ ਵਿੱਚ 250 ਮਿਲੀਅਨ ਏਰੋ ਜਿੱਤਣ ਦਾ ਮੌਕਾ ਸੁਨਰੀ ਹੈ ਜੀ ਹੁਣ ਇਸ ਟਾਈਮ ਹਰ ਰੋਜ਼ ਜਿਹੜੇ ਆ ਇਟਾਲੀਅਨ ਇੱਕ ਇੱਕ ਏਰੋ ਲਾ ਕੇ ਡੇਢ ਏਰੋ ਸੀ ਇੱਕ ਏਰੋ ਲਾ ਕੇ ਚੱਲਦੇ ਆ ਖੇਡ ਰਹੇ ਨੇ ਪਰ ਚੱਕਰ ਇਹ ਆ ਜੀ ਜਿਸ ਵੀ ਬੰਦੇ ਨੂੰ 1 ਤੋਂ ਲੈ ਕੇ 100 ਤੱਕ ਜਿਹੜੇ ਇਹ ਨੰਬਰ ਹਨ ਉਹਨਾਂ 'ਚ 6 ਨੰਬਰ ਜਿਹਦੇ ਨਿਕਲ ਜਾਂਦੇ ਆ ਉਹ ਬੰਦਾ 250 ਮਿਲੀਅਨ ਐਰੋ ਜਿੱਤ ਸਕਦਾ ਪਰ ਚੱਕਰ ਇਹ ਆ ਜੀ ਕਿ 250 ਮਿਲੀਅਨ ਜਿੱਤਣ ਦੇ ਲਈ ਇਹਦੇ ਨਾਲ ਦੱਸਿਆ ਜਾ ਰਿਹਾ ਹੁਣ ਤੱਕ ਜਿਹੜਾ 15 100 ਕਰੋੜ ਇਹ ਜਿਹੜਾ 250 ਮਿਲੀਅਨ ਜਿੱਤਣ ਦੇ ਲਈ 1500 ਮਿਲੀਅਨ ਤੱਕ ਲੋਕਾਂ ਨੇ ਖੇਡ ਲਿਆ ਜੀ 250 ਜਿੱਤਣ ਲਈ 1500 ਮਿਲੀਅਨ ਖੇਡ ਚੁੱਕੇ ਆ ਅਸੀਂ ਕਹਿ ਸਕਦੇ ਆ ਕਿ 1500 ਕਰੋੜ ਆ ਜਿਹੜਾ ਹੁਣ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਇਸ 250 ਨੂੰ ਜਿੱਤਣ ਦੇ ਲਈ ਜੇਕਰ ਅਸੀਂ 622 ਮਿਲੀਅਨ ਬੰਦਾ 1 2 3 4 1 2 4 5 6 ਹਿਸਾਬ ਦੇ ਲਾਵੇ ਤਾਂ ਇੱਕ ਬੰਦਾ 622 ਮਿਲੀਅਨਾਂ ਦੇ ਵਿੱਚੋਂ ਜਿੱਤ ਸਕਦਾ। ਮਤਲਬ ਜੇਕਰ ਉਹ ਤੁਹਾਨੂੰ 250 ਮਿਲੀਅਨ ਦੇ ਰਹਾ ਹੈ ਤਾਂ ਫਿਰ ਵੀ ਉਹ 621 ਮਿਲੀਅਨ ਦਾ ਜਿਹੜਾ ਮੁਨਾਫਾ ਕਰਨਗੇ 622 ਮਿਲੀਅਨ ਦੇ ਵਿੱਚੋਂ ਸਿਰਫ ਇੱਕ ਬੰਦੇ ਨੇ ਜਿੱਤਣਾ ਜੇਕਰ ਐਗਜ਼ੈਕਟ ਗਿਣਤੀ ਕਰੀਏ 62 ਕਰੋੜ 26 ਲੱਖ 14630 ਬੰਦੇ ਜੇਕਰ ਇੱਕ ਇੱਕ ਕਰੋੜ ਦਾ ਲਾ ਕੇ ਖੇਡਣ ਤਾਂ 62 ਕਰੋੜ 26 ਲੱਖ 14629 ਬੰਦਿਆਂ ਦਾ ਪੈਸਾ ਇਹਨਾਂ ਦੀ ਜੇਰ ਦੇ ਵਿੱਚ ਜਾਣਾ ਤੇ ਇਹਨਾਂ ਨੇ ਤੁਹਾਨੂੰ 250 ਮਿਲੀਅਨ ਦੇਣੇ ਉਸ ਤੋਂ ਬਾਅਦ ਰੋਮਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਇਸ ਟਾਈਮ ਐਮਰਜੈਂਸੀ ਦੀ ਐਮਰਜੈਂਸੀ ਜਿਹੜੀ ਰੋਮਾਂ ਦੇ ਵਿੱਚ ਚੱਲ ਰਹੀ ਹੈ ਚੱਲ ਰਹੀ ਹੈ ਜੀ ਐਮਰਜੈਂਸਾ ਜੋ ਕਿ ਮੁੱਖਿਆ ਹੀ ਨਹੀਂ ਇੱਕ ਹੈ ਜੀ ਕਿ ਰੋਮਾਂ ਦੇ ਵਿੱਚ ਜਿਹੜੇ ਕੂੜੇ ਦੇ ਹੁੰਦੇ ਆ ਕੂੜੇ ਵਾਲੇ ਜਿਹੜੇ ਪਏ ਹੁੰਦੇ ਆ ਕੁੰਤੇਨੀ ਤੋਰੀ ਦੀ ਇਮਬੋਂਡਿਤਸਿਆ ਵਾਲੇ ਹੁੰਦੇ ਆ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਆ ਐਸ ਟਾਈਮ ਸੂਰ ਜਿਹੜੇ ਜੰਗਲੀ ਸੂਰ ਉੱਥੇ ਕਾਫੀ ਘੁੰਮ ਰਹੇ ਨੇ ਜੋ ਕਿ ਇਹਨੇ ਕੂੜਿਆਂ ਨੂੰ ਖਲਾੜ ਰਹੇ ਨੇ ਜਿਸ ਕਰਕੇ ਰੋਮਾਂ ਦੀਆਂ ਸੜਕਾਂ ਦੇ ਵਿੱਚ ਬੜਾ ਮੁਸ਼ਕਲ ਆ ਰਿਹਾ ਜੀ ਤੁਸੀਂ ਜੇਕਰ ਰੋਮਾਂ ਦੀਆਂ ਸੜਕਾਂ ਦੇ ਨੇੜੇ ਤੇ ਰਹਿੰਦੇ ਹੋ ਜਿੱਥੇ ਜੋ ਸੂਰ ਆ ਜਿਹੜੇ ਜੰਗਲੀ ਨਾਂ ਦਾ ਬਸੇਰਾ ਆ ਰਾਤ ਨੂੰ ਘੁੰਮਦੇ ਆ ਤਾਂ ਇਸ ਗੱਲ ਬਾਰੇ ਜ਼ਰੂਰ ਦੱਸਿਓ ਇੱਕ 32 ਸਾਲ ਦੇ ਬੰਦੇ ਨੂੰ ਗ੍ਰਫਤਾਰ ਕਰ ਲਿਆ ਗਿਆ ਅਤੇ ਇੱਕ 43 ਸਾਲ ਦੇ ਬੰਦੇ ਨੂੰ ਗ੍ਰਫਤਾਰ ਕੀਤਾ ਗਿਆ ਕਾਰਨ ਇਹ ਹੈ ਕਿ ਉਹਨਾਂ ਨੇ ਇੱਕ 37 ਸਾਲ ਦੀ ਇੱਕ ਕੁੜੀ ਨੂੰ ਸ਼ਰਾਬ ਪੀਣ ਦੇ ਲਈ ਮਜਬੂਰ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਰੇਪ ਕਰ ਦਿੱਤਾ ਪਰ ਇਸ ਕੁੜੀ ਦਿਆ ਦੱਸਿਆ ਜਾ ਰਿਹਾ ਕਿ ਦਿਮਾਗੀ ਹਾਲਤ ਵੀ ਕੁਝ ਠੀਕ ਨਹੀਂ ਸੀ ਉਸ ਤੋਂ ਬਾਅਦ ਔਰ ਉਰਵੇ ਤੇਲੋਨਾ ਦਾ ਇੱਕ ਪਿੰਡਾ ਉਰਵੇ ਤੇਲੋਨਾ ਦਾ ਇੱਕ ਪਿੰਡ ਇੱਕ ਸ਼ਹਿਰ ਹੈ ਜਿੱਥੇ ਜਿਹੜੇ ਮੋਸ਼ੇਰੀਨੀ ਆ ਸਾਰੇ ਪਿੰਡ ਦੇ ਵਿੱਚ ਮੋਛਰੀ ਨਹੀਂ ਫੈਲਗਾ ਹੁਣ ਮੋਛਰੀ ਨਹੀਂ ਸੀ ਕਹਿੰਦੇ ਜੀ ਮੱਖੀਆਂ ਮੱਖੀਆਂ ਹੀ ਮੱਖੀਆਂ ਨੇ ਉਸ ਪਿੰਡ ਦੇ ਵਿੱਚ ਜਦੋਂ ਗੱਡੀ ਚਲਾਉਂਦੇ ਆ ਤੇ ਗੱਡੀਆਂ ਦੇ ਸ਼ੀਸ਼ਿਆਂ ਦੇ ਵਿੱਚ ਮੱਖੀਆਂ ਇੰਨੀਆਂ ਮਰੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਸਾਫ਼ ਹਰ ਰੋਜ਼ ਉਹਨਾਂ ਨੂੰ ਸ਼ੀਸ਼ਿਆਂ ਨੂੰ ਕਰਨਾ ਪੈਂਦਾ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਆ ਉਹਨਾਂ ਨੇ ਸਾਰਿਆਂ ਨੇ ਕੀ ਕੀਤਾ ਜੀ ਕਮੂਨੇ ਦੇ ਸਿਰ ਕੇਸ ਕਰ ਦਿੱਤਾ ਇਹ ਜਿਹੜਾ ਪਿੰਡ ਉਰਵੇ ਟੈਲੋ ਹੈ ਜੀ ਰਿਜੋਨੇ ਤੁਸਕਾਨਾ ਦੇ ਵਿੱਚ ਆ ਨਾ ਤੁਸੀਂ ਕੀ ਜੇਕਰ ਉਰਵੇ ਤੈਲੂ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਉਹਦੇ ਨਾਲ ਦੇ ਪਿੰਡ ਦੇ ਵਿੱਚ ਰਹਿੰਦੇ ਹੋ ਆਪਣੇ ਕਮੂਨੇ ਸਰਕੇਸ ਕਰੋ ਕੇਸ ਕਰਨ ਦੇ ਨਾਲ ਕੀ ਹੋ ਜਾਂਦਾ ਜੀ ਕੇਸ ਕਰਨ ਦੇ ਨਾਲ ਇਹ ਹੋ ਜਾਂਦਾ ਤੁਹਾਨੂੰ ਮੁਆਵਜ਼ਾ ਮਿਲਣਾ ਕਿਉਂਕਿ ਕਮੂਨਾ ਹੈ ਜਿਹੜਾ ਉਸ ਨੇ ਸਟੰਗੀ ਤਰ੍ਹਾਂ ਸਪਰੇ ਨਹੀਂ ਕੀਤੀ ਕਿ ਜਿਹੜੀਆਂ ਮੱਖੀਆਂ ਮੱਛਰ ਘੱਟ ਹੋਣ ਮੱਛਰਾਂ ਤੋਂ ਸਾਵਧਾਨ ਪਾਦਵਾ ਏਰੀਆ ਦੇ ਵਿੱਚ ਵਿਰੋਨਾ ਏਰੀਆ ਦੇ ਵਿੱਚ ਵਿਨੇਥੀ ਏਰੀਆ ਦੇ ਵਿੱਚ ਵਿਨੇਤੋ ਏਰੀਆ ਦੇ ਵਿੱਚ ਵਸਟ ਨਾਈਟ ਵਾਇਰਸ ਜਿਹਦੇ ਨਾਲ ਮੌਤ ਵੀ ਹੋ ਸਕਦੀ ਆ ਉਸ ਤੋਂ ਬਾਅਦ ਪੈਸੇ ਹੁਣ ਦੇਖੋ ਪੈਸਾ ਕਿਹਨੂੰ ਆਂਦਾ ਖਰਾ ਨਹੀਂ ਲੱਗਦਾ ਦੱਸਿਆ ਜਾ ਰਿਹਾ ਕਿ ਇੱਕ ਇੱਕ ਔਰਤਾਂ ਜਿਸ ਦਾ ਨਾਮ ਆ ਮਰਲਨ ਐਂਗਲਹੌਰਨ ਮਰਲਨ ਐਂਗਲਹੌਰਨ ਜਿਸ ਨੂੰ 4000 ਕਰੋੜ ਦੀ ਜਿਹੜੀ ਆ ਵਸੀਅਤ ਮਿਲੀ ਸੀ 4000 ਕਰੋੜ ਜਾਨੀ ਐਗਜ਼ੈਕਟਲੀ ਦੱਸਿਆ ਜਾ ਰਿਹਾ ਕਿ 4.2000 ਕਰੋੜ 4200 ਕਰੋੜ ਉਹਨੂੰ ਡਾਲਰ ਮਿਲਣਾ ਸੀ ਉਹਦੀ ਜਿਹੜੀ ਦਾਦੀ ਉਹਦੇ ਲਈ ਛੱਡ ਗਈ ਸੀ ਪਰ ਉਸ ਨੇ ਜਿਹੜੀ ਉਹਨੂੰ ਜੱਦੀ ਪੁਸ਼ਤੀ ਪੈਸੇ ਮਿਲਣੇ ਸੀ ਉਸ ਤੋਂ ਲੈਣ ਤੋਂ ਇਨਕਾਰ ਕਰ ਦਿੱਤਾ ਕੈਂਦੀ ਜੀ ਕੇ ਮੈਂ ਆਪਣਾ ਜਿਹੜਾ ਆ ਇਹਨੇ ਪੈਸੇ ਮੈਨੂੰ ਨਹੀਂ ਚਾਹੀਦੇ ਮੈਂ ਆਪਣੀ ਨੋਰਮਲ ਜ਼ਿੰਦਗੀ ਜੀਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਵੈਨੇਸ਼ੀਆ ਦੇ ਵਿੱਚ ਆਪਣੀ ਹੀ ਘਰਵਾਲੀ ਨੂੰ ਮਾਰਨ ਦੀ ਕੀਤੀ ਕੋਸ਼ਿਸ਼ ਤੇ ਇਹ ਜਿਹੜੀ ਕੋਸ਼ਿਸ਼ ਕੀਤੀ ਆ ਇਹ ਇੱਕ ਬੰਦਾ ਕੋਈ ਆਮ ਨਹੀਂ ਸੀ ਇੱਕ ਕਾਰਬਿਨੀਰੇ ਦੇ ਵਿੱਚ ਕੰਮ ਕਰ ਰਿਹਾ ਬੰਦਾ ਸੀ ਇੱਕ ਆਫੀਸਰ ਸਗਾ ਜਿਸ ਨੇ ਆਪਣੀ ਘਰਵਾਲੀ ਨੂੰ ਜਿਹੜਾ ਤੀਰ ਹੁੰਦਾ ਜਿਹੜਾ ਮਸ਼ੀਨੀ ਤੀਰ ਹੁੰਦਾ ਉਸ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਇਟਾਲੀਅਨ ਦੇ ਵਿੱਚ ਬਲੇ ਇਸ ਤਰ੍ਹਾਂ ਕਿਹਾ ਜਾਂਦਾ ਤੇ ਉਸ ਤੋਂ ਬਾਅਦ ਕੋਸ਼ਿਸ਼ ناکਾਮ ਹੋਈ ਤੇ ਇਸ ਨੇ ਆਪਣੇ ਆਪ ਨੂੰ ਹੀ ਮਾਰ ਲਿਆ ਖੁਦਕੁਸ਼ੀ ਕਰ ਲਈ ਉਸ ਤੋਂ ਬਾਅਦ ਲਾਸਟ ਲੇ ਪਲੇਟ ਵੱਲ ਤਕਰੀਬਨ ਚੱਲਦੇ ਆ ਜੀ ਦੱਸਿਆ ਜਾ ਰਿਹਾ ਕਿ ਜਿਹੜੇ ਵਿਨਿਏਤੀ ਹੁੰਦੇ ਆ ਜਿਹੜੇ ਬਾਗ ਹੁੰਦੇ ਆ ਇੱਕ ਮਾਲਕ ਨੂੰ ਦੱਸਿਆ ਇੱਕ 47 ਸਾਲ ਦਾ ਜਿਹੜਾ ਬੰਦਾ ਹੈ ਜੋ ਕਿ ਕੰਪਿਊਟਰ ਦਾ ਐਕਸਪਰਟ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਗ੍ਰਿਫਤਾਰ ਕਰਨ ਦਾ ਕਾਰਨ ਇਹ ਹੈ ਕਿ ਉਸਨੇ ਅੰਗੂਰਾਂ ਦਾ ਜਿਹੜਾ ਬਾਗ ਸੀ ਉਸਦੇ ਮਾਲਕ ਨੂੰ ਕਿਹਾ ਤੂੰ ਮੈਨੂੰ 1.5 ਲੱਖ ਰੁਪਏ ਦੇ ਨਹੀਂ ਤਾਂ ਤੇਰੇ ਜਿਹੜੇ ਅੰਗੂਰਾਂ ਦਾ ਜਿਹੜਾ ਬਾਗ ਆ ਉਸ ਨੂੰ ਰਾਤੋਂ ਰਾਤ ਮੈਂ ਸਾੜ ਕੇ ਸੁਆਹ ਕਰ ਦੇਣਾ ਬੰਦੇ ਨੇ ਪੁਲਿਸ ਨੂੰ ਫੋਨ ਕੀਤਾ ਤੇ ਆਨਲਾਈਨ ਲੱਭ ਲਿਆ ਉਹਨਾਂ ਨੇ ਜਿਹੜੇ ਸਾਈਬਰ ਸਿਕਿਉਰਿਟੀ ਵਾਲੇ ਹੁੰਦੇ ਉਹਨਾਂ ਨੇ ਲੱਭ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜੀ ਇਸ ਤਰ੍ਹਾਂ ਦੀ ਝੂਠੀ ਵੀ ਧਮਕੀ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਉਸ ਤੋਂ ਬਾਅਦ ਗੱਲ ਕਰਦੇ ਆ ਜੀ 50 ਗਾਵਾਂ ਇਟਲੀ ਦੇ ਵਿੱਚ 50 ਗਾਵਾਂ ਕੁਝ ਮਿੰਟਾਂ ਦੇ ਵਿੱਚ ਹੀ ਮਰ ਗਈਆਂ ਇਹਨਾਂ ਦਾ ਮਰਨ ਦਾ ਕਾਰਨ ਕੀ ਹੈ ਜੀ ਇਹ ਜਿਹੜੀਆਂ ਬਾਹਰ ਬੀਓ ਹੁੰਦਾ ਉਹ ਖਾ ਰਹੀਆਂ ਸਨ ਖਾ ਖਾ ਰਹੀਆਂ ਸਨ ਤੇ ਉਹਨਾਂ ਦੇ ਵਿੱਚ ਸੌਰਗੋ ਸਗਾ ਇੱਕ ਪਿਆਨਤਾ ਹੁੰਦਾ ਤਕਰੀਬਨ ਜਿਹੜਾ ਇਹਦੇ ਵਿੱਚ ਦਾਲ ਜੇ ਹੁੰਦੀ ਹੈ ਲੱਗਿਓ ਉਹਨੂੰ ਜਦੋਂ ਖਾਂਦੀਆਂ ਤੇ ਉਹ ਜ਼ਹਿਰੀਲਾ ਪਿਆਨਤਾ ਇੱਕ ਜ਼ਹਿਰੀਲੀ ਬੂਟੀ ਇਹਨਾਂ ਨੇ ਨਾਲ ਖਾ ਲਈ ਤੇ ਉਹਦੇ ਕੋ ਟੋਟਲ 160 ਗਾਵਾਂ ਨੇ 58 ਗਾਮ ਇਹਦੀਆਂ ਹੁਣ ਤਕਰੀਬਨ ਅਬ ਜਿਹੜੀਆਂ ਜ਼ਹਿਰ ਵਾਲੀਆਂ ਹੋ ਗਈਆਂ ਨੇ ਉਹਨਾਂ ਨੂੰ ਜ਼ਹਿਰ ਚੜ ਗਈ ਹੈ ਇਸ ਬੰਦੇ ਦੀ ਉਮਰ ਵੀ 58 ਸਾਲ ਆ ਤੇ 50 ਗਾਮ ਇਸ ਦੀਆਂ ਜਿਹੜੀਆਂ ਮਰ ਗਈਆਂ ਨੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਖਬਰ ਹੈ ਐਤਵਾਰ ਸਵੇਰ ਦੀ ਹੈ ਤੇ ਇਸ ਬੰਦੇ ਦੀ ਹੁਣ ਸ਼ਾਇਦ ਹੈਲਪ ਸਰਕਾਰ ਵੀ ਕਰਨਗੇ ਪਰ ਇਹ ਵੀ ਦੇਖਣਗੇ ਵੀ ਉਸ ਏਰੀਆ ਦੇ ਵਿੱਚ ਉਹ ਜਿਹੜਾ ਜ਼ਹਿਰੀਲਾ ਪੌਦਾ ਜਿਹੜਾ ਜ਼ਹਿਰੀਲਾ ਜਿਹੜਾ ਪੌਦਾ ਕਿੱਥੋਂ ਆ ਕਿ ਕਿਸੇ ਨੇ ਜਾਣ ਬੁੱਝ ਕੇ ਹੀ ਉੱਥੇ ਜ਼ਹਿਰ ਸਿੱਟੀ ਆ ਤੇ ਵੀ ਦੱਸਿਆ ਜਾ ਰਿਹਾ ਕਿ ਕੂਨਿਓ ਦੇ ਵਿੱਚ ਜੇ ਅਸੀਂ ਗੱਲ ਕਰੀਏ 6300 ਜਿਹੜੇ ਟੋਟਲ ਅਜ ਇਹੰਦੇ ਆ ਅਲੇਵਾ ਤੋਰੀ ਦੇ ਜਿਹੜੇ ਇਹ ਕੰਮ ਕਰਦੇ ਨੇ ਜਿਨ੍ਹਾਂ ਦੇ ਬੀਓ ਵਾਲੀਆਂ ਗਾਵਾਂ ਨੇ ਬੀਓ ਜਿਹੜਾ ਦੁੱਧ ਬਣਾਦੇ ਨੇ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਅਲ ਬੈਂਗਾ ਦੇ ਵਿੱਚ ਐਂਤ੍ਰੋ ਤੇਰਾ ਦੀ ਅਲ ਬੈਂਗਾ ਜਿਹੜਾ ਉਹਦੇ ਵਿੱਚ ਅੱਗ ਲੱਗੀ ਆ 70 ਬੰਦਿਆਂ ਨੂੰ ਏਵਕੂਏਟ ਕੀਤਾ ਗਿਆ ਤੇ 100 ਮੀਟਰ ਤੱਕ ਜਿਹੜੀ ਇਹ ਅੱਗ ਫੈਲੀ ਸੀ ਫਿਲਹਾਲ ਹੁਣ ਤੱਕ ਜਿਹੜਾ ਹੈ ਇਹ ਕਿਸੇ ਵੀ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਆਊਰੇਲੀਆ ਬੱਸ ਜਿਹੜਾ ਲਾ 17 ਦਾ 4753 ਤੇ 17 ਦਾ ਪ੍ਰੋਵਿੰਸ ਚਲੇ ਐਸਪੀ 19 ਦੇ ਲੱਗੇ ਇਹ ਜਿਹੜੀ ਆ ਲੱਗੀ ਸੀ ਲਾਸਟੇ ਅਪਡੇਟ ਵਾਲ ਚਲਦੇ ਆ ਜੀ ਇੱਕ ਮਾਸਟਰ ਜੋ ਦਿਨਾਂ ਦੇ ਵਿੱਚ ਸਕੂਲ ਦੇ ਵਿੱਚ ਪੜਾਉਂਦਾ ਤੇ ਰਾਤ ਨੂੰ ਕੀ ਕਰਦਾ ਜੀ ਰਾਤ ਨੂੰ ਉਹ ਡਿਲੀਵਰੀ ਕਰਦਾ ਜੀ ਖਾਣ ਪੀਣ ਦੀਆਂ ਚੀਜ਼ਾਂ ਦੀ ਜਿਹੜੀਆਂ ਉਹ ਕਰਦਾ ਕੀ ਆ ਜੀ ਇਹ ਕਰਦਾ ਕਹਿੰਦਾ ਕਿ ਮੈਂ ਇੱਕ ਐਥਲੀਟ ਬਣਨਾ ਚਾਹੁੰਦਾ ਸੀ ਮੈਂ ਇੱਕ ਐਥਲੀਟਾ ਬਣਨਾ ਚਾਹੁੰਦਾ ਸੀ ਪਰ ਹੁਣ ਮੈਂ ਇੱਕ ਰਾਈਡਰ ਬਣ ਕੇ ਰਹਿ ਗਿਆ ਦਿਨੇ ਮੈਂ ਸਕੂਲ ਚ ਪੜਾਉਣਾ ਤੇ ਰਾਤ ਨੂੰ ਮੈਨੂੰ ਮੈਂ ਜਿਹੜਾ ਰਾਈਡਰ ਬਣ ਕੇ ਲੋਕਾਂ ਦੇ ਕੋਲ ਖਾਣਾ ਪਹਚਾਣਾ ਇਹ ਖਬਰ ਆ ਜੀ ਮਿਲਾਨ ਦੀ ਮਿਲਾਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੈਂ ਫੀਨੇ ਮੀਜ਼ੇ ਕੋ ਮਹੀਨੇ ਦੇ ਐਂਡ ਤੱਕ ਜਿਹੜਾ ਆਪਣਾ ਖਰਚਾ ਪਾਣੀ ਨਹੀਂ ਚੱਕ ਹੁੰਦਾ ਜਿਸ ਕਾਰਨ ਮੈਨੂੰ ਪੈਸਿਆਂ ਦੀ ਲੋੜ ਆ ਮੇਰਾ ਖਰਚਾ ਨਹੀਂ ਪੂਰਾ ਹੁੰਦਾ ਤੇ ਜੋਨੀ ਤਨਖਾਹ ਉਹਦੇ ਨਾਲ ਮੇਰਾ ਕੁਝ ਨਹੀਂ ਬਣਦਾ ਤੇ ਮੈਂ ਰਾਤ ਨੂੰ ਰਾਈਡਰ ਬਣ ਕੇ ਲੋਕਾਂ ਨੂੰ ਸਮਾਨ ਪਹੁੰਚਾਣਾ। ਇਹ ਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਓਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਸੀ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।